थोड़ी जी प्रबंधन दे विच कमी आ, उहदे लई आपां आउण वाले समें दे विच की सुधार करांगे। ਅਸੀਂ ਕਦੋਂ ਐਕਸੈਪਟ ਕਰੀਏ ਵੀਰੇ, ਵੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਇਹ ਪ੍ਰਬੰਧ ਸਾਨੂੰ ਦੇ ਦੋਗੇ ਆਉਣ ਵਾਲੇ? ਫੇਸਬੁੱਕ ਅਤੇ ਯੂਟਿਊਬ ਦੇ ਮਾਧਿਅਮ ਰਾਹੀਂ ਮੰਨੇ ਕੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਅਤੇ ਭੈਣਾਂ ਨੂੰ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਨਾ ਮੈਂ ਆਇਆ ਸੀਗਾ ਲੌਂਗੋਵਾਲ ਡੌਗ ਮੰਡੀ 'ਤੇ। ਡੌਗ ਮਾਰਕੀਟ ਲੱਗਣ ਲੱਗੀ ਆ ਇੱਥੇ। ਵੀਰ ਉਹਨਾਂ ਨੇ ਇੱਕ ਚੰਗਾ ਉਪਰਾਲਾ ਕਰਿਆ। ਚਲੋ ਜੇ ਕਿਸੇ ਦੇ ਨਵੇਂ ਬੰਦੇ ਦੇ बच्चे बेचण दे विच किसी नूं प्रॉब्लम आउंदी आ तां उहदे लई इह चीज़ ठीक आ। बंदा जिहदे किसी दे लिंक नहीं हैगे, कोई डीलर नहीं आउंदा, कस्टमर कोई नहीं आउंदा, उहनूं इत्थों कस्टमर लभणा थोड़ा ईजी आ, सौखा ठीक आ। पर जो मैनूं इत्थे आ के थोड़ा जिहा फील होया, थोड़ी जिही इक मैनूं प्रबंधां दी कमी लगी, उहदे बाबत आपां गल करांगे। इत्थे जिहड़े वी वीर इत्थे कोई मेन इहनूं हैंडल करदे आ, आपां चल के अग्गे देखदे आ। जो वी आपां वीर होणी इत्थे मेन देख रेख करदे, आपां उहनां नाल गल करांगे। स्पैशली मैं अज गलबात कर रहा है स्पैशली प्रबंधा के रिगार्डिंग ही, क्योंकि मैं थोड़ा पता लग्या थोड़े प्रबंध इतने मतलब थोड़े जे घट आ गर्मी के अकॉर्डिंग। चलो जे तो सियाल हो ठीक आ, गर्मी के अकॉर्डिंग थोड़े बहुत जो भी आप कमियां लगे आप वीर नाल डिस्कस करते हैं कि उन्हें विचार देंगे जी, उन्हों की आपकी कोई वो पिछले सोच आ, आप गल करते हैं। आज मिलते हैं आप इतने। अज अपने हो बी जगदीप रंधावा जी लौंगोवाल, जिहड़े ये मार्केट का डॉग मार्केट की मंडी की जां बकरियां वाली मंडी की जिहड़ी मेन देख रेख आ उह वीर उहनी करदे आ। जगदीप वीरे स्वागत है तुहाडा साडे चैनल। सति श्री अकाल भाई जी। सब तो पहला तो सारे ही किसान वीरां दा चैनल देखण वालां दा मन्ने के चैनल है जो उते स्वागत है तुहाडा। सति श्री अकाल जी। जगदीप वीरे आपां नूं कितना टाइम हो गया है डॉग वाली मार्केट लगदी नूं? ਇਹ ਬ੍ਰਦਰ ਡੌਗ ਦੀ ਜਿਹੜੀ ਮਾਰਕੀਟ ਹੈਗੀ ਇਹਨੂੰ ਇਹ 7ਵੀਂ 8ਵੀਂ ਜਿਹੜੀ ਸਾਡੀ ਮਾਰਕੀਟ ਪਲੇਸ ਹੈ, 7ਵੀਂ 8ਵੀਂ ਮਤਲਬ ਕਿ ਮੰਡੀ ਆ ਕਹਿ ਲਈਏ ਮਾਰਕੀਟ ਹੈ। ਹਾਂ ਸਟਾਰਟ ਹੀ ਹੋਇਆ ਜੇ 5-4 ਮਹੀਨੇ ਹੀ ਹੋਏ ਨੇ ਸਟਾਰਟਿੰਗ ਦੇ ਵਿੱਚ ਹੀ ਆ। ਤੇ ਸਟਾਰਟਿੰਗ ਤੋਂ ਵੀਰੇ ਜਿਵੇਂ ਪਹਿਲੀ ਤੋਂ ਲੈ ਕੇ ਹੁਣ 7ਵੀਂ ਤੇ ਆ ਕੇ ਪ੍ਰੋਗਰੈਸ ਤੋਂ ਕਿੰਨੇ ਖੁਸ਼ ਹੋ ਤੁਸੀਂ? ਕਿੰਨੇ ਪ੍ਰੋਗਰੈਸ ਬਹੁਤ ਸੋਹਣੀ ਹੈ ਵੀਰੇ, ਬਹੁਤ ਵਧੀਆ ਹੈਗੀ। ਜਿਸ ਤਰ੍ਹਾਂ ਇਹ ਲੱਗਿਆ ਗਾ ਡੌਗ ਜਿੰਨੇ ਵੀ ਵੀਰ ਡੌਗ ਰੱਖਦੇ ਆ, ਜਿਹੜੇ ਬਰੀਡਰ ਹੈ ਜਾਂ छोटे किसान है जी, एक एक दो दो भी घर रखते हैं, उन्होंने रिस्पोंस तो उन्होंने प्यार तो यह लग्या भी इस चीज की लोड़ सी, लोड़ सी, क्योंकि मार्केट तो बिना यानी कि जिन्ने भी वीर डॉग रखते हैं उन्होंने काफी ज्यादा प्रॉब्लम आ रही मार्केटिंग, क्योंकि साडा पहला तो ही गॉट मार्केट का काफी लौंगोवाल गॉट मार्केट सब जानते हैं, तो ये जी डॉग मार्केट निकली है, क्योंकि पिंडां दे जिन्ने भी मुंडे सी वो साडे कोल डॉग लैके आउंदे जी, उन्हां दी मंग दे अनुसार ਵੀ ਸਾਡੇ ਲਈ ਤੁਸੀਂ ਇੱਕ ਦਿਨ ਰੱਖੋ ਜੀ ਸਪੈਸ਼ਲ। ਠੀਕ ਹੈ ਠੀਕ ਹੈ। ਉਹਦੇ ਅਕੋਰਡਿੰਗ ਹੀ ਅਸੀਂ ਸਾਰੇ ਭਰਾਵਾਂ ਨੂੰ ਇਹ ਪਲੇਸ ਹੈ ਜਿਹੜੀ ਅਸੀਂ 1 ਤੇ 15 ਦੀ ਜਿਹੜੀ ਡੇਟ ਆ ਇਸ਼ੂ ਕੀਤੀ। ਉਹ ਇਹ ਐਦਾਂ ਹੁੰਦਾ ਨਾ ਜਿਹੜੀ ਜਿਹੜਾ ਤਾਂ ਵੱਡਾ ਬਰੀਡਰ ਆ ਜਾਂ ਮੰਨ ਲਓ ਜਿਵੇਂ ਅਸੀਂ ਪੁਰਾਣੇ ਬਰੀਡਿੰਗ ਕਰਦੇ ਆ ਉਹਨਾਂ ਦਾ ਤਾਂ ਚਲੋ ਸੇਲ ਹੋਈ ਜਾਂਦੇ ਆ। ਸੇਲ ਹੋਈ ਜਾਂਦੇ ਆ ਹਾਂ। ਇਹ ਆਮ ਬੰਦਾ ਜਿਹੜਾ ਕਿਨੇ ਨਵਾਂ ਸ਼ੁਰੂ ਕਰਿਆ ਜਾਂ ਜਿਹਦੇ ਜ਼ਿਆਦਾ ਲਿੰਕ ਨਹੀਂ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਜੀ। ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਦਾ ਕੋਈ ਮਾਰਕੀਟ ਦੇ ਵਿੱਚ ਕੋਈ ਲਿੰਕ ਨਹੀਂ। ਹਾਂਜੀ ਹਾਂਜੀ। ਜਿਸ ਤਰ੍ਹਾਂ ਜਾਂ ਕੋਈ ਮਤਲਬ ਦੇਖੋ ਕਿੱਤਾ ਕੋਈ ਵੀ ਹੈ ਨਾ, ਦੇਖੋ ਦੇਖੋ ਦੇਖ ਕਿਸਾਨ ਹੈ ਜਿਹੜਾ ਕੋਈ, ਚਾਹੇ ਬੱਕਰੀ ਪਾਲਕ ਹੈ ਚਾਹੇ ਡੌਗ ਵਾਲਾ, ਉਹ ਚੀਜ਼ ਨੂੰ ਤਿਆਰ ਕਰਨ ਦੇ ਵਿੱਚ ਆਪਣੇ ਖੂਨ ਦੇ ਵਿੱਚ ਇਹ ਆ ਵੀ ਆਪਾਂ ਤਿਆਰ ਕਰਨ 'ਚ ਨਹੀਂ ਕੋਈ ਕਮੀ ਛੱਡਦੇ। ਪ੍ਰੋਬਲਮ ਮਾਰਕੀਟ ਦੀ ਆਉਂਦੀ, ਮਾਰਕੀਟ ਤੇ ਮਾਰ ਖਾਂਦੇ ਆ, ਉਹਦੇ ਲਈ ਬਹੁਤ ਸਾਰੇ ਮੁੰਡਿਆਂ ਨੂੰ ਇਸ ਚੀਜ਼ ਦਾ ਹੰਗਾਰਾ ਮਿਲਿਆ। ਹਾਂਜੀ ਜਗਦੀਪ ਵੀਰੇ, ਇਹਦੇ ਲਈ ਤਾਂ ਮੈਂ ਤੁਹਾਨੂੰ ਵਧਾਈਆਂ ਦਿੰਦਾ ਵੀ ਤੂੰ ਪੰਜਾਬ ਦਾ ਵੀ ਆਪਾਂ ਇੰਡੀਆ ਦੀ ਗੱਲ ਕਰੀਏ ਵੀ ਡੌਗ ਮਾਰਕੀਟ ਦੇ ਵਿੱਚ ਮੰਡੀ ਵਾਲਾ ਸਿਸਟਮ ਤਾਂ ਪਹਿਲਾਂ ਹੀ ਆ। ਪਹਿਲਾਂ ਹੀ ਆ ਹਾਂ। ਇਹਦੇ ਲਈ ਤਾਂ ਮੇਰੀਆਂ ਤੇਰੇ ਨੂੰ ਵਧਾਈਆਂ। ਤੇ ਇੱਕ ਮੇਰੀ ਦਿਲੋਂ ਵੀਰੇ ਚਾਹੇ ਤੂੰ ਇਹ ਲੈ ਲੈ ਵੀ ਤੈਨੂੰ ਇੱਕ ਸੁਝਾਅ ਲਾ ਲਾ ਜਾਂ ਮੇਰੀ ਰਿਕੁਐਸਟ ਲਾ ਲਾ ਵੀ ਤੁਹਾਨੂੰ ਤੂੰ ਮੈਂ ਜਿਵੇਂ ਦੇਖ ਸਕਦਾ ਵੀ ਥੋੜੀ ਜਿਹੀ ਹਲੇ ਜਿਵੇਂ ਆਪਣਾ ਕੰਮ ਚਲੋ ਨਵਾਂ ਥੋੜੀ ਪ੍ਰਬੰਧਾਂ ਦੇ ਵਿੱਚ ਕਮੀ ਆ ਉਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੁਧਾਰ ਕਰਾਂਗੇ? ਬਿਲਕੁਲ ਵੀਰੇ ਬਿਲਕੁਲ, ਇਸ ਚੀਜ਼ ਤੁਸੀਂ ਕੀਤਾ, ਕਿਉਂਕਿ ਕਮੀ ਉਹੀ ਕਰਦਾ ਹੁੰਦਾ ਜੋ ਦਿਨੋਂ ਕਿਸੇ ਕਿਤੇ ਨੂੰ ਪਿਆਰ ਕਰਦਾ। ਠੀਕ ਆ, ਮਤਲਬ ਕਿ ਉਤਲੇ ਮਨੋ ਤੁਸੀਂ ਚਾਹੇ ਇਹਦੀ ਵਡਿਆਈ ਕਰ ਜਾਂਦੇ, ਉਹ ਗੱਲ ਅਲੱਗ ਹੈ, ਤੁਹਾਡੇ ਮਨ ਨੂੰ ਸਕੂਨ। ਬਿਲਕੁਲ, ਇਹਦੇ ਵਿੱਚ ਸਾਨੂੰ ਕਾਫੀ ਸਾਰੀਆਂ ਕਮੀਆਂ ਲੱਗੀਆਂ, ਜਿਸ ਤਰ੍ਹਾਂ ਮੈਟਾਂ ਦੀ ਕਮੀ, ਜਿਵੇਂ ਡੌਗ ਵਾਸਤੇ ਅਸੀਂ ਚਾਹੁੰਦੇ ਹਾਂ, ਅਸੀਂ ਪਹਿਲਾਂ ਵੀ ਇਹ ਸੋਚਿਆ ਵੀ ਡੌਗ ਯਾਰ ਰੇਤੇ ਦੇ ਉੱਪਰ ਨਾ ਹੋਵੇ, ਕਿਉਂਕਿ ਬਹੁਤ ਸਾਰਾ ਬੈਕਟੀਰੀਆ ਜਿਹੜਾ, ਕਿਉਂਕਿ ਸਾਫ਼ ਸੁਥਰੇ ਜਾਨਵਰ ਹੈ ਇਹ। ਤੇ ਬਾਕੀ ਦੂਸਰੀ ਗੱਲ ਇਹ ਹੈ ਵੀ ਥੋੜਾ ਬਹੁਤ ਕਲੀ ਵਗੈਰਾ ਜਾਂ ਡੈਕੋਰੇਸ਼ਨ ਮਤਲਬ ਕਲੀ ਵਗੈਰਾ ਬੈਕਟੀਰੀਆ ਰਹਿਤ, ਕੋਈ ਜਿਵੇਂ ਵੀ 904 ਵਗੈਰਾ ਦਵਾਈਆਂ, ਜਿੱਥੇ ਜਦੋਂ ਵਾਇਰਲ ਕੰਟਰੋਲ ਹੋ ਜੇ, ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਡੌਗ ਨੂੰ ਨਾ ਲੱਗ ਸਕੇ। ਵੀ ਜਦੋਂ ਵੀ ਮੰਨ ਲਓ ਵੀ ਆਪਣੀ ਮਾਰਕੀਟ ਵੀ ਅੱਜ ਲੱਗਣੀ ਆ, ਉਦੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਧੋਤਾ ਜਾਵੇ, ਬਿਲਕੁਲ ਬਿਲਕੁਲ ਵਾਇਰਸ ਫ੍ਰੀ ਹੋ ਜਾਊਗਾ ਬੱਚਿਆਂ ਨੂੰ, ਉਹਦੇ ਨਾਲ ਉਹ ਵੀ ਨਹੀਂ ਹੋ
जरूर 100% करने की कोशिश करो 100% बहुत धन्यवाद भीर जगी भीर तुसी साडी रिक्वेस्ट नु कबूल लिया है ना थोड़ा बहुत धन्यवाद जी तुहाडा भी स्वागत है जी ठीक जेड़ा तुसी लौंगोवाल दे विच साडे छोटे जे खाने दी इक वीडियो नु शूट कीता ओह बहुत धन्यवाद जगी भीर आपा जे गल करिए भी चार्ज दी आपा चार्ज की लेने इत्थे बच्चियां दा चार्ज पर नॉर्मल है जाने के एक असि 10 रुपये एंट्री लेने हाँ जी वह 10 रुपये जब एक डॉग ले आया वो 10 रुपये एंट्री ले ली ठीक अगर बिकता वह तो 100 ले लिया ठीक है जी ठीक है ना जे नहीं बिकता तो 10 रुपये की वही जी कुर्सी दिने ठीक है पानी का प्रबंध कुरान छां डॉग मार्केट तो अलावा एक गोट फार्म का अपना काफी वड्डा वीर ठीक है जी हां रंधावा गोट फार्म दे नाते फार्मिंग करदे हो फार्मिंग करदे हां ठीक है जी ते मटन दा भी काम है बकरे दे चार दा मुर्गे दे चार दा ठीक है वीर ते नाल ही आप गोट मिल्क ऑर्गेनिक साबणा तैयार करदे हां वाश वाली दा नोल वाली ठीक है ठीक है इदे विच बिल्कुल ऑर्गेनिक निम टमाटर बकरी दे दूध दी हां जी नींबू दी ते अपने दी टमाटर दी हल्दी दी ठीक है वीर पंज ब्रांड आप तैयार करदे हां जेड़े 4-5 महीने तो कर रहे हां ते बहुत सोहना रिस्पांस मिल रहा है ਤੇ ਇੱਕ ਮੈਜਿਕ ਦੀ ਫਿਰ ਸੁਣੇ ਤੁਸੀਂ ਉਹਦੀ ਦਿੰਦੇ ਹੋ ਫਾਰਮਿੰਗ ਦੀ ਟ੍ਰੇਨਿੰਗ ਵੀ ਦਿੰਦੇ ਹਾਂਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੰਦੇ ਹਾਂ ਜੀ ਠੀਕ ਹੈ ਉਹ ਸਾਡਾ 5-6 ਅਗਸਤ ਦਾ ਬੈਚ ਹੈ ਬ੍ਰਦਰ ਠੀਕ ਹੈ ਵੀਰੇ ਠੀਕ ਹੈ ਕਿਸੇ ਵੀ ਵੀਰ ਨੇ ਉਹ 5-6 ਅਗਸਤ ਦੇ ਬੈਚ ਦੇ ਵਿੱਚ ਹਿੱਸਾ ਲੈਣਾ ਹੋਵੇ ਸਰਕਾਰੀ ਸਰਟੀਫਿਕੇਟ ਹੈ ਜੀ ਹਾਂਜੀ 50% ਉੱਤੇ ਸਬਸਿਡੀ ਹੈ ਠੀਕ ਹੈ ਵੀਰੇ ਤੇ ਕਿਸੇ ਵੀ ਵੀਰ ਨੇ ਸਰਟੀਫਿਕੇਟ ਲੈਣਾ ਹੋਵੇ ਤਾਂ ਉਹ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਆਪਣੀ ਸੀਟ ਹੈ ਜਿਹੜੀ ਉਹ ਬੁੱਕ ਕਰਾ ਸਕਦਾ ਠੀਕ ਹੈ ਉਹਦਾ ਆਪਣਾ ਕੀ ਚਾਰਜ ਹੈ ਵੀਰੇ ਟ੍ਰੇਨਿੰਗ ਦਾ ਉਹਦਾ ਬ੍ਰਦਰ ਜੇ ਤਾਂ ਤੁਸੀਂ ਸਰਕਾਰੀ ਸਰਟੀਫਿਕੇਟ ਲੋਨ ਵਾਸਤੇ ਲੈਣਾ ਫਿਰ ਤਾਂ 4700 ਰੁਪਏ ਠੀਕ ਹੈ ਜੀ ਉਹਦੇ ਵਿੱਚ ਰਹਿਣਾ ਖਾਣਾ ਪੀਣਾ ਸਾਰਾ ਏਸੀ ਰੂਮ ਸਾਰਾ ਕੁਝ ਫੈਸਿਲਿਟੀਆਂ ਮਿਲਣਗੀਆਂ ਉਹ ਤੁਹਾਡਾ ਹੋਊਗਾ ਉਹ ਸਾਡਾ ਹੋਊਗਾ ਠੀਕ ਹੈ ਵੀਰੇ ਜੇ ਅਗਰ ਤੁਸੀਂ ਲੋਨ ਨਹੀਂ ਲੈਣਾ ਕਦੇ ਫੇਨਿੰਗ ਲੈਣੀ ਹੈ ਪ੍ਰਾਈਵੇਟ ਸਰਟੀਫਿਕੇਟ ਲੈਣਾ ਫਿਰ ਉਹਦੀ ਫੀਸ ਹੈ ਸਰ 2500-3000 3000 ਜਿਹਨੇ ਰਹਿਣਾ ਉਹਦਾ 3000 ਜਿਹੜਾ ਅਪਡਾਊਨ ਕਰ ਉਹਦਾ 2500 अगले महीने ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਹਰ ਟੌਕ ਮਾਰਕੀਟ ਪਹੁੰਚੋ ਜਰੂਰ ਵੀਰੇ ਜਰੂਰ ਠੀਕ ਹੈ ਜੀ ਧੰਨਵਾਦ ਓਕੇ ਧੰਨਵਾਦ